ਵਚਨਵਾਦੀ ਇਸਤਰੀ ਸਭਾ ਅੰਮ੍ਰਿਤਸਰ ਦੀ ਜਨਰਲ ਸੈਕਟਰੀ ਕਮਲਜੀਤ ਕੌਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ DFSO ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੀ ਜਨਰਲ ਸੈਕਟਰੀ ਕਮਲਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬ ਲੋਕਾਂ ਨੂੰ ਮਿਲਣ ਵਾਲੀ ਕਣਕ ਨਹੀਂ ਦਿੱਤੀ ਜਾ ਰਹੀ ਹੈ ਕਿਉਂਕਿ ਕਣਕ ਵਿੱਚ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਸਾਡੀ ਮੰਗ ਪੂਰੀ ਨਾ ਕੀਤੀ ਗਈ ਤਾਂ ਪੂਰੇ ਪੰਜਾਬ ਵਿੱਚ ਸਰਕਾਰ ਵਿਰੁੱਧ ਸੰਘਰਸ਼ ਕਰਾਂਗੇ। ਇਸ ਮੌਕੇ ਜਗਤਾਰ ਸਿੰਘ ਕਰਮਪੁਰਾ, ਬਲਵਿੰਦਰ ਸਿੰਘ, ਸੁਰਿੰਦਰ ਕੌਰ ਆਦਿ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਲ ਸਨ। ਪੰਜਾਬ ਦੀ ਕੈਪਟਨ ਸਰਕਾਰ ਨੇ ਵੋਟਾਂ ਲੈਣ ਵੇਲੇ ਵਾਅਦੇ ਕੀਤੇ ਸੀ ਸਾਡੇ ਔਰਤਾਂ ਦੇ ਨਾਲ, ਸਾਡੇ ਆਮ ਜਿਹੜੇ ਲੋਕ ਨੇ ਪਿੰਡਾਂ ਦੇ ਸ਼ਹਿਰਾਂ ਦੇ, ਵੀ ਅਸੀਂ ਲਗਾਤਾਰ ਜਿਹੜੀ ਹੈ ਪੈਨਸ਼ਨ ਜਿਹੜੀ ਆ ਉਹ ਵੀ 500 ਤੋਂ 2000 ਰੁਪਈਆ ਕਰਾਂਗੇ। ਕਣਕ ਦੀ ਜਿਹੜੀ ਸਕੀਮ ਆ ਉਹਨੂੰ ਅਸੀਂ ਲਾਗੂ ਜਿਹੜੀ ਇਹ ਤਾਂ ਲਾਗੂ ਰੱਖਾਂਗੇ ਹੀ, ਅਤੇ ਆਉਣ ਵਾਲੇ ਸਮੇਂ 'ਚ ਜਿਨ੍ਹਾਂ ਲੋਕਾਂ ਦੇ ਕਾਰਡ ਬਣਨ ਵਾਲੇ ਰਹਿੰਦੇ ਨੇ ਗਰੀਬਾਂ ਦੇ, ਉਹਨਾਂ ਦੇ ਕਾਰਡ ਜਿਹੜੇ ਆ ਉਹ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਜਿਹੜਾ ਵਾ ਸਗਨ ਸਕੀਮ ਜਿਹੜੀ ਆ ਉਹ 51,000 ਜਿਹੜੀ ਆ ਅਸੀਂ ਜਿਹੜੀ ਆ ਕਰਾਂਗੇ। ਪਰ ਅੱਜ ਸਾਨੂੰ ਕੈਪਟਨ ਸਰਕਾਰ ਜਿਹੜੀ ਆ, ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਇਹਨਾਂ ਸਾਰੇ ਵਾਅਦਿਆਂ ਤੋਂ ਮੁੱਕਰਦੇ ਹੋਏ ਨਜ਼ਰ ਆਉਣ ਡਏ ਨੇ। ਅੱਜ 6 ਮਹੀਨੇ ਬੀਤ ਚੱਲੇ ਨੇ, ਪਿੰਡਾਂ ਸ਼ਹਿਰਾਂ ਦੇ ਜਿਹੜੀਆਂ ਵੱਖ ਵੱਖ ਮੁਹੱਲੇ ਉਹਨਾਂ 'ਚ ਕਣਕ ਜਿਹੜੀ ਆ ਇੱਕ ਦਾਣਾ ਵੀ ਕਣਕ ਦਾ ਨਹੀਂ ਪਹੁੰਚਿਆ। ਇਸ ਕਰਕੇ ਮਜਬੂਰ ਹੋ ਕੇ ਅੱਜ ਜਿਹੜਾ ਵਾ ਸਾਨੂੰ ਜਿਹੜਾ ਜਾਨਵਰ ਦੀ ਇਸਤਰੀ ਸਭਾ ਪੰਜਾਬ ਅਤੇ ਮਜ਼ਦੂਰ ਜਿਹੜੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਅਸੀਂ ਜਿਹੜਾ ਧਰਨਾ ਮਾਰਿਆ ਵਾ, ਅਤੇ ਅੱਜ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਇਹ ਸਪਲਾਈ ਸ਼ੁਰੂ ਨਾ ਕੀਤੀ ਜਦੋਂ ਕਿ ਗੋਦਾਮਾਂ ਦੇ ਵਿੱਚ ਜਿਹੜੀ ਆ ਕਣਕ ਸੜ ਰਹੀ ਆ, ਗਲ ਰਹੀ ਆ, ਅਤੇ ਲੋਕ ਜਿਹੜੇ ਆ ਉਹਨਾਂ ਦੇ ਘਰਾਂ ਤੱਕ ਮੁਹੱਲਿਆਂ ਤੱਕ ਜਿਹੜੀ ਪਹੁੰਚ ਨਹੀਂ ਰਹੀ, ਅਤੇ ਸਰਕਾਰ ਦਾ ਧਿਆਨ ਜਿਹੜਾ ਉਲਟ ਜਿਹੜਾ ਵਾ ਦੂਜੀ ਜਿਹੜੀ ਸਰਕਾਰ ਫੇਲ ਹੋਈ ਆ, ਅਸਫਲ ਹੋਈ ਆ, ਉਹਦੇ ਬੰਦੇ ਪਕੜਨ ਦੇ ਜਾਂ ਹੋਰ ਲੋਕ ਜਿਹੜੇ ਆ ਜਿਹੜੇ ਅਗਾਂਹ ਵਧੂ ਕੋਈ ਗੱਲ ਕਰਦੇ ਜਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਪਕੜਨ ਥਾਣਿਆਂ ਵਿੱਚ ਕੁੱਟਣ ਦਾ ਜਿਹੜਾ ਵਾ ਪ੍ਰੋਗਰਾਮ ਬਣਾਇਆ ਵਾ, ਅਸੀਂ ਇਹਨਾਂ ਚੀਜ਼ਾਂ ਤੋਂ ਪੰਜਾਬ ਦੀ ਸਰਕਾਰ ਤੋਂ ਬਿਲਕੁਲ ਨਹੀਂ ਡਰਾਂਗੇ। ਅਤੇ ਅਸੀਂ ਇਹ ਗੱਲ ਦੀ ਮੰਗ ਕਰਦੇ ਹਾਂ ਵੀ ਲਗਾ ਜਿਹੜੀ ਸਪਲਾਈ ਬੰਦ ਕੀਤੀ ਆ ਗਈ ਆ ਉਹਨੂੰ ਜਿਹੜਾ ਇੱਕਦਮ ਜਿਹੜਾ ਵਾ ਬਹਾਲ ਕੀਤਾ ਜਾਵੇ, ਅਤੇ ਜੇ ਨਾ ਬਹਾਲ ਕੀਤਾ ਜਾਊਗਾ ਤਾਂ ਅਸੀਂ ਇਸ ਲਹਿਰ ਨੂੰ ਨਿਰਾ ਅੰਮ੍ਰਿਤਸਰ ਸ਼ਹਿਰ ਤੱਕ ਹੀ ਸੀਮਤ ਨਹੀਂ ਰੱਖਾਂਗੇ, ਸਮੁੱਚੇ ਪੰਜਾਬ 'ਚ ਲੈ ਕੇ ਜਾਵਾਂਗੇ।